ਉਹ ਤੁਸੀਂ ਵੇਖਿਆ ਹੋਣਾ ਹੈ ਕਿ ਜਦੋਂ ਅਸੀਂ ਕਿਸੇ ਵੀ ਸ਼ਹਿਰ ਨੂੰ ਦੇ ਵਿੱਚ ਐਂਟਰ ਹੁੰਦੇ ਆ ਸ਼ਹਿਰ ਤੋਂ ਔਰ ਉਹ ਸ਼ਹਿਰ ਦੇ ਬਾਹਰ ਨਿਕਲਦੇ ਆ ਤਾਂ ਇੱਕ ਸਾਨੂੰ ਬੜੇ ਬੜੇ ਬੋਰਡ ਲੱਗੇ ਹੋਏ ਮਿਲਦੇ ਨੇ ਸੜਕਾਂ ਦੇ ਕਿਨਾਰੇ ਵੀ ਬੜੇ ਬੜੇ ਬੋਰਡ ਲੱਗੇ ਹੋਏ ਮਿਲਦੇ ਨੇ ਮਰਦਾਨਾ ਤਾਕਤ ਮਰਦਾਨਾ ਕਮਜ਼ੋਰੀ ਇਹ ਪੁਰਾਣੇ ਜ਼ਮਾਨੇ ਤੋਂ ਹੀ ਇਹਨੂੰ ਗੁਪਤ ਰੋਗਾਂ ਕਰਕੇ ਸੰਬੋਧਨ ਕੀਤਾ ਗੁਪਤ ਰੋਗਾਂ ਤੋਂ ਮਤਲਬ ਇਹਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਗੁਪਤ ਦਾ ਮਤਲਬ ਇਹਨੂੰ ਗੁਪਤ ਰੱਖਣਾ ਠੀਕ ਹੈ ਅਤੇ ਇਹ ਬਿਮਾਰੀ ਹੀ ਸਾਰੀ ਦੀ ਸਾਰੀ ਗੁਪਤ ਰੱਖਣ ਦੇ ਵਿੱਚ ਅਤੇ ਉਹਦੇ ਵਿੱਚ ਨਾ ਕਈ ਵਾਰੀ ਇਹ ਵੀ ਲਿਖਿਆ ਹੁੰਦਾ ਜਦੋਂ ਅਸੀਂ ਉਹਨੂੰ ਬੋਰਡ ਦਾ ਪੜ੍ਹਦੇ ਹੈਗੇ ਹਾਂ ਕਿ ਬਚਪਨ ਦੀਆਂ ਗਲਤੀਆਂ ਹਸਤ ਮੈਥਨ ਸ਼ੀਘਰ ਪਤਨ ਜਾਂ ਇਹ ਚੀਜ਼ਾਂ ਹੈਗੀਆਂ ਕਿ ਉਹ ਜੇ ਮਤਲਬ ਕਿ ਬਚਪਨ ਦੀਆਂ ਗਲਤੀਆਂ ਦੱਸਦੇ ਨੇ ਜਾਂ ਉਹ ਉਹਦੇ ਵਿੱਚ ਦਿੱਤਾ ਹੁੰਦਾ ਵੀਰ ਕਿ ਉਹਦੇ ਨਾਲ ਕੋਈ ਸਰੀਰ 'ਤੇ ਅਸਰ ਪੈਂਦਾ ਜੀ ਅਤੇ ਉੱਥੇ ਉਹ ਡਾਕਟਰ ਸਾਡੇ ਕੋਲ ਦੱਸਦੇ ਹੈ ਯਾਰ ਕਿਤੇ ਰੁਕ ਲੈਂਦਾ ਲਾ ਲੈਂਦਾ ਉਹ ਇਸੇ ਚੀਜ਼ ਦਾ ਫਾਇਦਾ ਖਾਂਦੇ ਤਾਂ ਉਹਨਾਂ ਨੇ ਇਸ ਠੱਗੀ ਬਾਰੇ ਘਰ ਜਾ ਕੇ ਮੈਨੂੰ ਪੈਸੇ ਵੀ ਕਿਤੋਂ ਚੋਰੀਆਂ ਕੱਢ ਕੇ ਲਓ ਇੱਕ ਸੈਕਸ ਸਪੈਸ਼ਲਿਸਟ ਦੀ ਮੈਂ ਗੱਲ ਕਰਦਾ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਕੋਈ ਠੱਗੀ ਮਾਰੋਗੇ ਤੁਸੀਂ ਕਿਸੇ ਮਰੀਜ਼ ਨੂੰ ਲੁੱਟੋਗੇ ਤਾਂ ਮਰੀਜ਼ ਦੀ ਥਾਂ ਥਾਂ 'ਤੇ ਦੇਖ ਅਸੀਂ ਕਹਿੰਦਾ ਜਿੰਨਾ ਮਰਜ਼ੀ ਲੁੱਟ ਲਈਏ ਘਰ ਜਾ ਕੇ ਵੀ ਨਹੀਂ ਦੱਸਦਾ ਬੰਦਾ ਗੁਆਂਢੀਆਂ ਕੋਲ ਜਾ ਕੇ ਵੀ ਦੱਸਦਾ ਕਿਉਂਕਿ ਗੁਪਤ ਰੱਖਣਾ ਸਾਡੇ ਨਾਲ ਨੇ ਡਾਕਟਰ ਰਾਜ ਕੁਮਾਰ ਜੀ ਬੰਸਲ ਜੋ ਕਿ ਮਨੋਰੋਗਾਂ ਦੇ ਇੱਕ ਮਾਹਰ ਡਾਕਟਰ ਨੇ ਔਰ ਦੋਸਤੋ ਅੱਜ ਅਸੀਂ ਇੱਕ ਤੁਹਾਡੇ ਰੂਬਰੂ ਇੱਕ ਇਹੋ ਜਿਹਾ ਮੈਟਰ ਇਹੋ ਜਿਹਾ ਮਸਲਾ ਰੱਖਣ ਜਾ ਰਹੇ ਹਾਂ ਜਿਹਦੇ ਵਿੱਚ ਅੱਜ ਤੱਕ ਬਹੁਤ ਘੱਟ ਚਰਚਾ ਹੋਈ ਹੈ ਔਰ ਸਾਡੇ ਲੋਕਾਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਹੀ ਆਪਾਂ ਇਹਨੂੰ ਇਹ ਕਹਿ ਸਕਦੇ ਵੀ ਇਹੋ ਜਿਹਾ ਵਰਤਾਰਾ ਹੈਗਾ ਜਿਹੜਾ ਲੋਕਾਂ ਦੀ ਲੁੱਟ ਦਾ ਕਾਰਨ ਬਣਦਾ ਬਹੁਤ ਵੱਡਾ ਇੱਕ ਭਰਮ ਭੁਲੇਖਾ ਇਸ ਰੋਗ ਨੂੰ ਇਸ ਬਿਮਾਰੀ ਨੂੰ ਲੈ ਕੇ ਹੈਗਾ ਔਰ ਇਸ ਬਿਮਾਰੀ ਬਾਰੇ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਸ਼ਾਇਦ ਤੁਹਾਡੇ ਤੱਕ ਨਹੀਂ ਆਈ ਹੋਣੀ ਬਲਕਿ ਇਸ ਦੀ ਨੈਗੇਟਿਵ ਜਾਣਕਾਰੀ ਹੀ ਜਿਹੜੀ ਸਾਡੇ ਲੋਕਾਂ ਤੱਕ ਹਮੇਸ਼ਾ ਪਹੁੰਚਾਈ ਜਾਂਦੀ ਹੈ ਔਰ ਉਹ ਤੁਸੀਂ ਵੇਖਿਆ ਹੋਣਾ ਹੈ ਕਿ ਜਦੋਂ ਅਸੀਂ ਕਿਸੇ ਵੀ ਸ਼ਹਿਰ ਨੂੰ ਦੇ ਵਿੱਚ ਐਂਟਰ ਹੁੰਦੇ ਹਾਂ ਸ਼ਹਿਰ ਤੋਂ ਔਰ ਉਹ ਸ਼ਹਿਰ ਦੇ ਬਾਹਰ ਨਿਕਲਦੇ ਆ ਤਾਂ ਇੱਕ ਸਾਨੂੰ ਬੜੇ ਬੜੇ ਬੋਰਡ ਲੱਗੇ ਹੋਏ ਮਿਲਦੇ ਨੇ ਸੜਕਾਂ ਦੇ ਕਿਨਾਰੇ ਵੀ ਬੜੇ ਬੜੇ ਬੋਰਡ ਲੱਗੇ ਹੋਏ ਮਿਲਦੇ ਨੇ ਮਰਦਾਨਾ ਤਾਕਤ ਮਰਦਾਨਾ ਕਮਜ਼ੋਰੀ ਅਤੇ ਬੜਾ ਕੁਛ ਉਹਦੇ ਸਲੋਗਨ ਲਿਖਿਆ ਹੁੰਦਾ ਅਤੇ ਬਾਕੀ ਇਹ ਜਿਹੜੇ ਇਹਦੇ ਇਸ਼ਤਿਹਾਰ ਵੀ ਜਿਹੜੇ ਅਕਸਰ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਜਾਂ ਚੈਨਲਾਂ ਦੇ ਉੱਤੇ ਵੀ ਅਸੀਂ ਇਹ ਚੀਜ਼ ਦੇਖਣ ਨੂੰ ਮਿਲਦੀ ਹੈਗੀ ਹੈ ਬਚਪਨ ਦੀਆਂ ਗਲਤੀਆਂ ਮਰਦਾਨਾ ਕਮਜ਼ੋਰੀ ਠੀਕ ਹੈ ਅਤੇ ਇਹ ਜਿਹੜੀਆਂ ਸਮੱਸਿਆਵਾਂ ਇੱਦਾਂ ਦੀਆਂ ਹੁੰਦੀਆਂ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਫਿਰ ਉਸ ਨੂੰ ਇਹ ਲੱਗਦਾ ਵੀ ਸਾਡੇ ਦੇ ਵਿੱਚ ਬਾਕੀ ਇਸ ਚੀਜ਼ ਦੀ ਹੈਗੀ ਹੈ ਮਰਦਾਨਾ ਕਮਜ਼ੋਰੀ ਹੈਗੀ ਹੈ ਕਮੀ ਹੈਗੀ ਹੈ ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਵੀ ਅਸਲ ਦੇ ਵਿੱਚ ਇਹ ਜਿਹੜੀ ਐਡਾ ਪ੍ਰਚਾਰ ਕੀਤਾ ਜਾਂਦਾ ਇਹਦੇ ਬਾਰੇ 'ਚ ਵੀ ਇਹ ਮਰਦਾਨਾ ਕਮਜ਼ੋਰੀ ਹੈ ਕੀ ਵਾਕਈ ਹੁੰਦੀ ਹੈ ਇਹਦੇ ਪਿੱਛੇ ਕੀ ਕਾਰਨ ਕੰਮ ਕਰਦੇ ਆ ਤਾਂ ਸਾਡੇ ਨਾਲ ਡਾਕਟਰ ਰਾਜ ਕੁਮਾਰ ਜੀ ਬੰਸਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਦੇ ਉੱਤੇ ਲੈ ਕੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਹਾਂਜੀ ਤਾਂ ਡਾਕਟਰ ਸਾਹਿਬ ਜਿਵੇਂ ਮੈਂ ਸਟਾਰਟਿੰਗ 'ਚ ਹੁਣ ਗੱਲ ਕੀਤੀ ਹੈਗੀ ਹੈ ਵੀ ਅਸੀਂ ਦੇਖਦੇ ਹਾਂ ਵੀ ਸ਼ਹਿਰਾਂ ਦੇ ਉੱਤੇ ਬੜੇ ਬੜੇ ਬੋਰਡ ਲੱਗੇ ਹੁੰਦੇ ਆ ਹੈੱਡ ਬੋਰਡ ਲੱਗੇ ਹੁੰਦੇ ਉੱਤੇ ਲਿਖਿਆ ਹੁੰਦਾ ਮਰਦਾਨਾ ਕਮਜ਼ੋਰੀ ਬਚਪਨ ਦੀਆਂ ਗਲਤੀਆਂ ਠੀਕ ਹੈ ਨਮਰਦੀ ਨਾ ਮਰਦੀ ਤਾਂ ਹੋਰ ਇੱਦਾਂ ਦੇ ਜਿਹੜੇ ਉਹ ਲਿਖੇ ਹੁੰਦੇ ਨੇ ਮਤਲਬ ਸਰੀਰਕ ਸੰਬੰਧਾਂ ਦੇ ਬਾਰੇ ਸਾਡੇ ਕੋਲ ਆਓ ਤਿੰਨ ਦਿਨਾਂ ਵਿੱਚ ਦਵਾਈ ਦਾ ਅਸਰ ਜਾਂ ਹੋਰ ਜਿਹੜੇ ਉੱਦਾਂ ਦੇ ਸ਼ਬਦ ਚਲੋ ਕੁਛ ਹੁੰਦੇ ਹੈਗੇ ਆਪਾਂ ਵੀ ਤੁਹਾਡੀ ਘੋੜੇ ਵਰਗੀ ਤਾਕਤ ਹੋ ਜੂਗੀ ਹੋਰ ਹੋ ਜੂਗੀ ਹੈ ਨਾ ਚਲੋ ਆਪਾਂ ਚੈਨਲ ਦੇ ਵਿੱਚ ਕੁਛ ਸ਼ਬਦ ਆਪਾਂ ਨਹੀਂ ਡਾਇਰੈਕਟਲੀ ਕਹਿ ਸਕਦੇ ਪਰ ਦਰਸ਼ਕ ਸਮਝਦੇ ਨੇ ਇਸ ਗੱਲ ਨੂੰ ਤਾਂ ਇਹ ਜਿਹੜੀ ਸਰੀਰਕ ਬਿਮਾਰੀ ਹੈ ਜਿਹਨੂੰ ਰੋਗ ਕਿਹਾ ਜਾਂਦਾ ਹੈਗਾ ਜਾਣੀ ਇੱਕ ਸੰਬੰਧਾਂ ਦਾ ਜਿਹੜਾ ਰੋਗ ਕਿਹਾ ਜਾਂਦਾ ਇਹਨੂੰ ਲਿਆ ਕੇ ਅਸਲ 'ਚ ਇਹ ਰੋਗ ਹੈ ਕੀ ਅਤੇ ਕੀ ਜਿਹੜੇ ਐਡੇ ਐਡੇ ਦਾਅਵੇ ਕੀਤੇ ਜਾਂਦੇ ਨੇ ਜਾਂ ਕੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚੀਜ਼ ਦੱਸੋ ਤੁਸੀਂ ਵੀ ਕੀ ਵਾਕਈ ਇਹ ਜਿਹੜੀ ਮਰਦਾਨਗੀ ਕਮਜ਼ੋਰੀ ਹੈ ਇਹ ਹੁੰਦੀ ਹੈ ਇਹ ਤਾਂ ਕੀ ਇਹ ਮਰਦਾਨਗੀ ਕਮਜ਼ੋਰੀ ਹੈ ਜੇ ਹੁੰਦੀ ਹੈ ਤਾਂ ਕਿਉਂ ਹੁੰਦੀ ਹੈ ਇਹਦੇ ਕਾਰਨ ਕੀ ਹੈਗਾ ਜੇ ਨਹੀਂ ਹੁੰਦੀ ਤਾਂ ਫਿਰ ਜਿਹੜੇ ਐਡੇ ਐਡਾ ਜਿਹੜਾ ਇਹਦਾ ਪ੍ਰਚਾਰ ਕਿਉਂ ਕੀਤਾ ਜਾਂਦਾ ਜੀ ਸਾਨੂੰ ਇਸ ਬਾਰੇ ਸਾਡੇ ਦੱਸਣ ਦਾ ਅਸੀਂ ਇਹਨਾਂ ਨੂੰ ਗੁਪਤ ਰੋਗ ਕਹਿੰਦੇ ਹਾਂ ਹਾਂਜੀ ਜਿਹੜਾ ਸਾਰਿਆਂ ਤੋਂ ਗਲਤ ਹੈ ਇਹੀ ਹੈਗਾ ਕਿ ਅਸੀਂ ਇਹਦਾ ਨਾਮ ਗੁਪਤ ਰੋਗ ਰੱਖਿਆ ਹੈ ਅੱਛਾ ਜੀ ਇਹ ਪੁਰਾਣੇ ਜ਼ਮਾਨੇ ਤੋਂ ਹੀ ਇਹਨੂੰ ਗੁਪਤ ਰੋਗਾਂ ਕਰਕੇ ਸੰਬੋਧਨ ਕੀਤਾ ਗਿਆ ਗੁਪਤ ਰੋਗਾਂ ਤੋਂ ਮਤਲਬ ਇਹਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਗੁਪਤ ਦਾ ਮਤਲਬ ਇਹਨੂੰ ਗੁਪਤ ਰੱਖਣਾ ਹੈ ਠੀਕ ਹੈ ਅਤੇ ਇਹ ਬਿਮਾਰੀ ਹੀ ਸਾਰੀ ਦੀ ਸਾਰੀ ਗੁਪਤ ਰੱਖਣ ਦੇ ਵਿੱਚ ਪੈਦਾ ਹੋਈ ਹੈ ਜਿਹੜੀਆਂ ਸੈਕਸ ਦੀਆਂ ਬਿਮਾਰੀਆਂ ਨੇ ਜਿਸ ਤਰ੍ਹਾਂ ਦੀਆਂ ਸਾਨੂੰ ਦਿਖਾਈ ਦੇ ਰਹੀਆਂ ਨੇ ਹਾਂਜੀ
ਜਿੱਦਾਂ ਦਾ ਅੱਜ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਹਾਂ ਅਤੇ ਨੌਜਵਾਨ ਪੀੜ੍ਹੀ ਨੂੰ ਦੇਖ ਰਹੇ ਹਾਂ ਅਤੇ ਈਵਨ ਬਜ਼ੁਰਗਾਂ ਨੂੰ ਵੀ ਵੱਡੀ ਉਮਰ ਦਿਆਂ ਨੂੰ ਵੀ 90% ਇਹ ਮਾਨਸਿਕ ਰੋਗ ਹੀ ਹੈਗਾ। ਸਿਰਫ 10% ਅਸੀਂ ਕਹਿ ਸਕਦੇ ਹਾਂ ਕਿ 100 ਚੋਂ 2-4 ਕੇਸ, 5-4 ਕੇਸ ਕਿ ਜਿਹੜੇ ਕਿਸੇ ਵਾਕਈ ਕੋਈ ਉਹਨਾਂ ਨੂੰ ਸੈਕਸ ਦੀ ਬਿਮਾਰੀ ਹੁੰਦੀ ਹੈ, ਕੋਈ ਉਹਦਾ ਸਰੀਰਕ ਕਾਰਨ ਹੁੰਦਾ ਹੈ ਨਾ, ਕੋਈ ਉਸ ਤਰ੍ਹਾਂ ਦੇ ਅੰਗਾਂ ਨਾਲ ਸੰਬੰਧਿਤ ਜਾਂ ਕੁਛ ਹੋਰ। 90% ਇਹ ਇਸ ਕਰਕੇ ਹੈਗਾ ਕਿ ਸਾਡੀ ਜਿਹੜੀ ਸੈਕਸ ਰੋਗਾਂ ਬਾਰੇ ਜਾਣਕਾਰੀ ਹੈਗੀ ਜਾਂ ਸੈਕਸ ਬਾਰੇ ਜਾਣਕਾਰੀ ਹੈਗੀ ਉਹ ਗਲਤ ਚੈਨਲਾਂ ਤੋਂ ਮਿਲਦੀ ਹੈਗੀ। ਨੌਜਵਾਨ ਪੀੜ੍ਹੀ ਨੂੰ ਇਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਿਹਦੇ ਕਰਕੇ ਉਹਨੂੰ ਜਾਣਕਾਰੀ, ਸਹੀ ਜਾਣਕਾਰੀ ਨਹੀਂ ਮਿਲਦੀ। ਸਹੀ ਜਾਣਕਾਰੀ ਨਾ ਮਿਲਣ ਕਰਕੇ ਅਤੇ ਗਲਤ ਜਾਣਕਾਰੀ ਮਿਲਣ ਕਰਕੇ, ਮਤਲਬ ਜਦੋਂ ਵੀ ਕੋਈ ਬੱਚਾ ਜਵਾਨ ਹੁੰਦਾ ਹੈਗਾ ਤਾਂ ਉਹਦੀ ਉਹਦੇ 'ਚ ਇੱਕ ਨੈਚੁਰਲ, ਇੱਕ ਬਾਇਓਲੋਜੀਕਲ ਇੰਸਟਿੰਕਟ ਹੈਗੀ ਕਿ ਉਹਦੇ 'ਚ ਇੱਛਾ ਜਾਗਦੀ ਹੈ ਹਰ ਲੜਕੇ ਦੇ ਵਿੱਚ, ਹਰ ਲੜਕੀ ਦੇ ਵਿੱਚ, ਤਾਂ ਉਸ ਇੱਛਾ ਵੱਸ ਉਹ ਕਿਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਾਣਕਾਰੀ ਦਾ ਕੋਈ ਸੋਰਸ ਸਾਡੇ ਸਮਾਜ ਦੇ ਵਿੱਚ ਨਹੀਂ ਹੈਗਾ। ਜਿਹੜੇ ਸੋਰਸ ਨੇ ਉਹ ਆਪ ਹੀ ਗਲਤ ਨੇ, ਕਿਉਂਕਿ ਇੱਕ ਨੌਜਵਾਨ ਲੜਕਾ ਜਾਂ ਲੜਕੀ ਕਿੱਥੋਂ ਜਾਣਕਾਰੀ ਲੈਂਦੇ ਨੇ? ਉਹ ਕਿਸੇ ਆਪਦੇ ਹਾਣ ਦੇ ਤੋਂ। ਉਹ ਹਾਣ ਦਾ ਕਿੱਥੋਂ ਜਾਣਕਾਰੀ ਲੈਂਦਾ? ਉਹ ਕਿਹੜਾ ਕੋਈ ਇਸ ਬਿਮਾਰੀ ਦਾ ਵਿਸ਼ੇਸ਼ਗ ਹੁੰਦਾ ਜਾਂ ਕੋਈ ਮਾਹਰ ਹੁੰਦਾ ਹੈਗਾ? ਉਹਨੇ ਵੀ ਇੱਧਰੋਂ ਉੱਧਰੋਂ ਜਿਵੇਂ ਸੁਣੀਆਂ ਸੁਣਾਈਆਂ ਗੱਲਾਂ, ਜਿਹੋ ਜਿਹੀਆਂ ਗੱਲਾਂ ਸਮਾਜ ਦੇ ਵਿੱਚ ਫੈਲਾਈਆਂ ਗਈਆਂ ਉਹੋ ਜਿਹੀਆਂ ਹੀ ਉਹ ਇੱਕ ਦੂਜੇ ਨੂੰ ਸੁਣਾ ਦਿੰਦੇ ਨੇ ਅਤੇ ਉਹੋ ਜਿਹੀ, ਕਿਉਂਕਿ ਗੁਪਤ ਰੱਖਣੀ ਹੁੰਦੀ ਹੈ ਗੱਲ, ਇਸ ਕਰਕੇ ਉਹ ਗੁਪਤ ਦਾ ਗੁਪਤ ਉਹਨਾਂ ਗੱਲਾਂ ਨੂੰ ਗ੍ਰਹਿਣ ਕਰ ਲੈਂਦੇ ਨੇ ਅਤੇ ਜਿਹੜੀਆਂ ਅੱਗੇ ਚੱਲ ਕੇ ਉਹਨਾਂ ਲਈ ਬਿਮਾਰੀਆਂ ਬਣ ਜਾਂਦੀਆਂ। ਸੈਕਸ ਨੂੰ ਅਸੀਂ ਇੱਕ ਐਂ ਜੇ ਪ੍ਰਗਟ ਕੀਤਾ ਕਿ ਵੀ ਇਹ ਇੱਕ ਗਲਤ ਚੀਜ਼ ਹੈ, ਸਾਡੇ ਧਰਮਾਂ ਨੇ ਵੀ ਇਹਨੂੰ ਇਸ ਤਰ੍ਹਾਂ ਜੇ ਪੇਸ਼ ਕੀਤਾ ਕਿ ਸੈਕਸ ਇੱਕ ਬਹੁਤ ਗਲਤ ਚੀਜ਼ ਹੈ, ਜਦਕਿ ਇੱਕ ਕੁਦਰਤੀ ਵਰਤਾਰਾ ਹੈਗਾ, ਇਕੱਲਾ ਮਨੁੱਖੀ ਨਹੀਂ ਹਰ ਜੀਵ ਦੇ ਵਿੱਚ ਇਹ ਵਰਤਾਰਾ ਹੈਗਾ, ਹੈ ਨਾ। ਅਤੇ ਪਰ ਬਹੁਤੇ ਧਰਮਾਂ ਨੇ ਤਾਂ ਇਸ 'ਤੇ ਪਾਬੰਦੀ ਵੀ ਲਗਾਈ ਕਿ ਸੈਕਸ ਗਲਤ ਚੀਜ਼ ਹੈਗੀ ਜਾਂ ਬ੍ਰਹਮਚਾਰੀ ਰਹਿਣਾ ਜ਼ਿੰਦਗੀ ਦੇ ਵਿੱਚ, ਜਾਂ ਜੇ ਤੁਸੀਂ ਜ਼ਿੰਦਗੀ ਦੀ ਜਿਹੜਾ ਅਸਲ ਮਕਸਦ ਹੈਗਾ ਉਹਨੂੰ ਪੂਰਾ ਕਰਨਾ, ਮਤਲਬ ਅਸਲ ਮਕਸਦ ਉਹਨਾਂ ਦੀ ਨਿਗਾਹ 'ਚ ਮੁਕਤੀ ਅਤੇ ਜੇ ਵੋ, ਤਾਂ ਫਿਰ ਤੁਹਾਨੂੰ ਇਸ ਕੰਮ ਤੋਂ ਬਚਣਾ ਪੈਣਾ। ਬਹੁਤੇ ਡੇਰੇ, ਬਹੁਤੇ ਸੰਤ, ਬਹੁਤੇ ਬਾਬੇ ਇਹੀ ਪ੍ਰਚਾਰ ਕਰਦੇ ਨੇ ਕਿ ਇਸ ਚੀਜ਼ ਤੋਂ ਬਚੋ, ਅਤੇ ਪਰ ਬਚਿਆ ਜਾ ਨਹੀਂ ਸਕਦਾ ਕਿਉਂਕਿ ਇੱਕ ਨੈਚੁਰਲ ਇੰਸਟਿੰਕਟ ਹੈਗੀ, ਇੱਕ ਬਾਇਓਲੋਜੀਕਲ ਚੀਜ਼ ਹੈਗੀ, ਹੈ ਨਾ। ਅਤੇ ਉਸ ਬਸ ਜਿਹੜੀ ਗਲਤ ਨੌਲੇਜ ਮਿਲਦੀ ਹੈਗੀ ਜਾਂ ਜਿਹੜੀਆਂ ਇਸ ਦੀਆਂ ਕਿਤਾਬਾਂ ਵੀ ਹੈਗੀਆਂ ਉਹ ਬੱਸ ਅੱਡੇ ਸਟੇਸ਼ਨਾਂ ਦੇ ਉੱਤੇ, ਉਹ ਵੀ ਉਹਨਾਂ ਦੇ ਵਿੱਚ ਵੀ ਉਹ ਅਖੌਤੀ ਸੈਕਸ ਸਪੈਸ਼ਲਿਸਟਾਂ ਵੱਲੋਂ ਲਿਖੀਆਂ ਹੁੰਦੀਆਂ ਹੈਗੀਆਂ, ਉਹਨਾਂ ਦੇ ਵਿੱਚ ਵੀ ਨੌਜਵਾਨ ਪੀੜ੍ਹੀ ਨੂੰ ਕਿਤੇ ਫਸਾਉਣ ਵਾਸਤੇ, ਭਟਕਾਉਣ ਵਾਸਤੇ ਗਲਤ ਚੀਜ਼ਾਂ ਲਿਖੀਆਂ ਹੁੰਦੀਆਂ, ਜਿਹਦੇ ਕਰਕੇ ਮਾਨਸਿਕ ਬਿਮਾਰੀਆਂ ਬਣ ਜਾਂਦੀਆਂ ਅਤੇ ਨੌਜਵਾਨ ਪੀੜ੍ਹੀ ਉਲਝ ਜਾਂਦੀ ਹੈਗੀ। ਉਲਝ ਇੱਥੋਂ ਤੱਕ ਕਿ ਇੱਥੋਂ ਤੱਕ ਵੀ ਦੇਖਿਆ ਹੈਗਾ ਕਿ ਨੌਜਵਾਨ ਸੁਸਾਈਡ ਕਰਨ ਤੱਕ ਵੀ ਜਾਂਦੇ ਆ, ਮਰਨ ਤੱਕ ਵੀ ਜਾਂਦੇ ਆ, ਜਾਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ, ਜਾਂ ਹੋਰ ਮਾਨਸਿਕ ਰੋਗਾਂ ਦੇ ਵਿੱਚ ਚਲੇ ਜਾਂਦੇ ਆ। ਇਸ ਲਈ ਜਿਹੜਾ ਜਿਹੜੀ ਸਹੀ ਲੋੜ ਹੈਗੀ ਉਹ ਹੈਗੀ ਠੀਕ ਜਾਣਕਾਰੀ ਦੀ। ਅਸੀਂ ਇਹ ਮੰਨਦੇ ਹਾਂ ਕਿ 90% ਬਿਮਾਰੀਆਂ ਦੇ ਵਿੱਚ ਮਰੀਜ਼ ਨੂੰ ਸਿਰਫ ਠੀਕ ਜਾਣਕਾਰੀ ਦੇ ਕੇ, ਉਹਦੀ ਕਾਉਂਸਲਿੰਗ ਕਰਕੇ, ਉਹਨੂੰ ਇਹ ਸਾਰਾ ਕੁਛ ਵਰਤਾਰੇ ਬਾਰੇ ਸਮਝਾ ਕੇ ਠੀਕ, ਅਤੇ ਉਹਨੂੰ ਠੀਕ ਕੀਤਾ ਜਾ ਸਕਦਾ। ਅਤੇ ਬਹੁਤੇ ਮਰੀਜ਼ਾਂ ਨੂੰ ਅਸੀਂ ਇਸ ਤਰ੍ਹਾਂ ਕਰਦੇ ਵੀ ਹਾਂ। ਅਤੇ ਉਹਦੇ ਵਿੱਚ ਨਾ ਕਈ ਵਾਰੀ ਇਹ ਵੀ ਲਿਖਿਆ ਹੁੰਦਾ ਜਦੋਂ ਅਸੀਂ ਉਹਨੂੰ ਬੋਰਡਾਂ 'ਤੇ ਪੜ੍ਹਦੇ ਹੈਗੇ ਹਾਂ ਵੀ ਬਚਪਨ ਦੀਆਂ ਗਲਤੀਆਂ, ਹਸਤ ਮੈਥੁਨ, ਸ਼ੀਘਰ ਪਤਨ ਜਾਂ ਇਹ ਚੀਜ਼ਾਂ ਹੈਗੀਆਂ, ਕੀ ਉਹ ਜੇ ਮਤਲਬ ਜਿਹੜੀ ਬਚਪਨ ਦੀਆਂ ਗਲਤੀਆਂ ਦੱਸਦੇ ਨੇ ਜਾਂ ਉਹ ਉਹਦੇ ਵਿੱਚ ਦਿੱਤਾ ਹੁੰਦਾ ਵੇਰਵਾ ਦਿੱਤਾ, ਕੀ ਉਹਦੇ ਨਾਲ ਕੋਈ ਸਰੀਰ 'ਤੇ ਅਸਰ ਪੈਂਦਾ? ਬਿਲਕੁਲ ਨਹੀਂ। ਜਿਹਨੂੰ ਬਚਪਨ ਦੀਆਂ ਭੁੱਲਾਂ ਦੱਸਿਆ ਜਾਂਦਾ, ਗਲਤੀਆਂ ਦੱਸਿਆ ਜਾਂਦਾ, ਉਹ ਵੀ ਕੁਦਰਤੀ ਫਿਨੋਮੇਨਾ ਹੀ ਹੈਗਾ, ਉਹਦੇ ਵਿੱਚ ਕੁਛ ਵੀ ਗਲਤ ਨਹੀਂ। ਅਤੇ ਹਰ ਨੌਜਵਾਨ ਕਿਤੇ ਨਾ ਕਿਤੇ ਇਹਦੇ ਵਿੱਚ ਇਨਵੋਲਵ ਹੁੰਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ, ਅਤੇ ਉਹ ਬਚਪਨ ਤਾਂ ਇੱਦਾਂ ਕਰਦਾ, ਉਹਨੂੰ ਕੋਈ ਮਤਲਬ ਉਸ ਟਾਈਮ ਨਹੀਂ ਪਤਾ ਹੁੰਦਾ। ਵੱਡੇ ਹੋਏ ਉਸਨੂੰ ਡਰਾਇਆ ਜਾਂਦਾ ਲੁੱਟਣ ਦੇ ਮਾਰੇ, ਮਕਸਦ ਲੁੱਟਣਾ ਹੈਗਾ। ਇਹਦੇ ਵਿੱਚ ਕੁਛ ਇਸ ਧੰਦੇ ਦੇ ਵਿੱਚ ਕੁਛ ਲੋਕ ਲੱਗੇ ਹੋਏ ਨੇ ਜਿਹੜੇ ਕੁਐਕਸ ਨੇ, ਜਿਹੜੇ ਅਸਲ ਦੇ ਵਿੱਚ ਡਾਕਟਰ ਹੈ ਹੀ ਨਹੀਂ, ਜਿਨ੍ਹਾਂ ਦਾ ਕੰਮ ਇਕੱਲੀ ਪਬਲਿਸਿਟੀ ਅਤੇ ਐਡਵਰਟਾਈਜ਼ਮੈਂਟ 'ਤੇ ਚੱਲਦਾ, ਵੱਡੀਆਂ ਵੱਡੀਆਂ ਟੀ ਵੀ 'ਤੇ ਐਡਵਰਟਾਈਜ਼ਮੈਂਟਸ, ਵੱਡੀਆਂ ਵੱਡੀਆਂ ਅਖਬਾਰਾਂ 'ਤੇ, ਪੂਰੇ ਕੰਟਰੀ ਦੀ ਹਰ ਕੰਧ ਭਰੀ ਹੋਈ ਹੈ। ਤੁਸੀਂ ਰੇਲ ਗੱਡੀ 'ਚ ਬੈਠ ਕੇ ਚੱਲੇ ਹੋ ਤਾਂ ਤੁਹਾਨੂੰ ਹਰ ਇੱਕ ਮਿੰਟ ਬਾਅਦ ਤੁਹਾਨੂੰ ਕੋਈ ਨਾ ਕੋਈ ਕੰਧ ਦਿਸੂਗੀ ਜਿਹਦੇ 'ਤੇ ਲਿਖਿਆ ਹੋਊਗਾ ਮਰਦਾਨਾ ਤਾਕਤ, ਸ਼ੇਰ ਜੈਸੀ ਤਾਕਤ, 3 ਦਿਨਾਂ ਦੀ ਦਵਾਈ ਫ੍ਰੀ ਗਰੰਟੀ ਲਿਖ ਕੇ ਲਓ। ਮਤਲਬ ਮੈਂ ਕਿਸੇ ਦਾ ਨਾਮ ਲੈਣਾ ਚਾਹੁੰਦਾ, ਇੱਦਾਂ ਦੇ ਸੈਂਕੜੋ ਨਹੀਂ ਹਜ਼ਾਰਾਂ ਡਾਕਟਰ ਨੇ ਜਿਨ੍ਹਾਂ ਦਾ ਕੰਮ ਹੈਗਾ ਨੌਜਵਾਨ ਪੀੜ੍ਹੀ ਨੂੰ ਭੜਕਾਉਣਾ, ਅਤੇ ਉਹ ਛੋਟੀਆਂ ਛੋਟੀਆਂ ਕਿਤਾਬਾਂ ਵੀ ਲਿਖਦੇ ਨੇ, ਪੈਂਫਲੇਟ ਵੀ ਛਪਵਾਉਂਦੇ ਨੇ, ਕਈ ਵਾਰੀ ਚਿੱਠੀਆਂ ਲਿਖ ਕੇ ਵੀ ਘਰੇ ਪਾਉਂਦੇ ਨੇ ਜੇ ਤੁਸੀਂ ਉਹਨਾਂ ਨਾਲ ਸੰਪਰਕ ਕਰੋ। ਜੇ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਨੂੰ ਇੱਦਾਂ ਦੇ ਸਵਾਲ ਪੁੱਛਦੇ ਨੇ ਕਿ ਤੁਸੀਂ ਬਚਪਨ ਦੇ ਵਿੱਚ ਇਹ ਕਰਦੇ ਸੀ ਜਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਗਲਤੀ ਕੀਤੀ ਹੈਗੀ, ਤਾਂ ਉਹਨਾਂ ਨੂੰ ਉਹ ਮਾਨਸਿਕ ਤੌਰ 'ਤੇ ਡਰਾ ਲੈਂਦੇ ਨੇ। ਕਈ ਵਾਰ ਤਾਂ ਡਰ ਕੇ ਬੰਦਾ ਮਾਨਸਿਕ ਰੋਗੀ ਵੀ ਬਣ ਜਾਂਦਾ।
ਤਾਂ ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਕੰਮ ਖੜਾ ਹੈਗਾ ਉਹ ਇਕੱਲੀ ਪਬਲਿਸਿਟੀ 'ਤੇ ਅਤੇ ਡਰਾ ਕੇ। ਦੂਸਰਾ ਹੈਗਾ ਕਿ ਜਦੋਂ ਉਹ ਡਰਾਉਂਦੇ ਨੇ ਬੰਦਾ ਕਿਸੇ ਨਾਲ ਡਿਸਕਸ ਤਾਂ ਕਰਦਾ ਨਹੀਂ, ਉਹ ਪਰਿਵਾਰ ਦੇ ਨਾਲ ਡਿਸਕਸ ਨਹੀਂ ਕਰਦਾ। ਸਾਡੇ ਸਮਾਜ ਦੇ ਵਿੱਚ ਇਹ ਹੈਗਾ ਕਿ ਅਸੀਂ ਬੱਚਿਆਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਇਹ ਗੱਲ ਨਹੀਂ ਕਰਨੀ। ਮਤਲਬ ਪੇਰੈਂਟਸ ਇਹ ਸੋਚਦੇ ਆ ਕਿ ਬੱਚਿਆਂ ਦੇ ਨਾਲ ਇਹ ਗੱਲ ਨਹੀਂ ਕਰਨੀ, ਬੱਚੇ ਸੋਚਦੇ ਆ ਕਿ ਪੇਰੈਂਟਸ ਦੇ ਨਾਲ ਇਹ ਗੱਲ ਨਹੀਂ ਕਰਨੀ, ਤਾਂ ਫਿਰ ਉਹ ਗਲਤ ਚੈਨਲ 'ਤੇ ਜਾਣਗੇ। ਗਲਤ ਚੈਨਲ ਉਹ ਬੈਠੇ ਨੇ, ਤਾਂ ਉਹ ਤੁਹਾਨੂੰ ਇੱਦਾਂ ਦੀਆਂ ਗੱਲਾਂ ਕਿ ਇਹ ਬਚਪਨ ਦੀਆਂ ਗਲਤੀਆਂ, ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ, ਇਹ ਵੀਰਜ ਦਾ ਪਤਲਾ ਹੋਣਾ, ਇਹ ਧਾਂਤ ਪੈਣਾ, ਕਿ ਇਹ ਕੋਈ ਖਤਰਨਾਕ ਬਿਮਾਰੀਆਂ ਹੈਗੀਆਂ, ਇਹਦੇ ਨਾਲ ਹੱਡੀਆਂ ਖੁਰ ਜਾਂਦੀਆਂ, ਇਹਦੇ ਨਾਲ ਇਹ ਹੋ ਜਾਂਦਾ ਉਹ ਹੋ ਜਾਂਦਾ, ਜਦਕਿ ਇਨ ਰਿਐਲਿਟੀ ਉਹ ਕੁਛ ਵੀ ਨਹੀਂ ਹੈਗਾ। ਅਤੇ ਉਹ ਸਿਰਫ ਡਰਾ ਕੇ ਊਟ ਪਟਾਂਗ ਦੇਸੀ ਵਲਾਇਤੀ ਦਵਾਈਆਂ ਦੇ ਕੇ ਉਹਨਾਂ ਨੂੰ ਲੁੱਟਿਆ ਜਾਂਦਾ, ਅਤੇ ਠੀਕ ਜਾਣਕਾਰੀ ਹੀ ਇਸ ਤੋਂ ਬਚਾ ਸਕਦੀ ਹੈ। ਇੱਕ ਜਿਵੇਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਬਚਾਲ ਦੇ, ਵੀ ਇਹਦੇ ਵਿੱਚ 5-4% ਮਤਲਬ ਜਿਹੜੇ ਮਰੀਜ਼ ਹੋ ਸਕਦੇ ਸੀ, ਤਾਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਉਹ ਜੇ ਇੱਦਾਂ ਦਾ ਕਹਿ ਵੀ ਉਹਦੇ ਕੀ ਲੱਛਣ ਕਿੱਦਾਂ ਦਾ ਮਤਲਬ ਹੋ ਸਕਦਾ, ਉਹਦੇ ਉਹ ਕਿਵੇਂ ਪਤਾ ਲੱਗੇ ਵੀ ਇਹ ਮਤਲਬ ਇਹਨੂੰ ਇਹ 5-4% ਮਰੀਜ਼ਾਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਬੰਦਾ, ਉਹਦੇ ਕੀ ਲੱਛਣ ਨੇ ਉਹਦੇ? ਹੁਣ ਇਹ ਹੈਗਾ ਜੀ, ਇਹ ਨਾ 3 ਚੀਜ਼ਾਂ ਹੈਗੀਆਂ ਸੈਕਸ ਦੇ ਵਿੱਚ। ਇੱਕ ਤਾਂ ਸਰੀਰ, ਮਤਲਬ ਤੁਹਾਡੇ ਸਰੀਰਕ ਅੰਗ, ਉਹ ਕੁਦਰਤ ਵੱਲੋਂ ਠੀਕ ਬਣੇ ਆ ਜਾਂ ਗਲਤ ਬਣੇ ਆ। ਨੰਬਰ 2, ਕੁਛ ਹਾਰਮੋਨਸ ਜਿਹੜੇ ਕੁਛ ਤਾਂ ਬ੍ਰੇਨ ਦੇ ਵਿੱਚੋਂ ਪੈਦਾ ਹੁੰਦੇ ਨੇ, ਕੁਛ ਸਰੀਰਕ ਅੰਗਾਂ ਦੇ ਵਿੱਚ ਹੀ ਪੈਦਾ ਹੁੰਦੇ ਨੇ, ਉਹ ਹਾਰਮੋਨਸ ਤੁਹਾਡੀ ਬਾਡੀ ਦੇ ਵਿੱਚ ਪ੍ਰੋਪਰ ਬਣ ਰਹੇ ਨੇ ਕਿ ਨਹੀਂ। 2 ਚੀਜ਼ਾਂ ਤਾਂ ਇਹ ਹੋ ਗਈਆਂ ਜਿਹੜੀਆਂ ਸਰੀਰ ਦੇ ਨਾਲ ਜੁੜੀਆਂ ਹੋਈਆਂ। 3, ਮਾਨਸਿਕ। ਤਾਂ ਇਹ ਜਿਹੜੀਆਂ 2 ਚੀਜ਼ਾਂ ਹੈਗੀਆਂ ਕਿ ਤੁਹਾਡੇ ਹਾਰਮੋਨਸ ਠੀਕ ਬਣ ਰਹੇ ਨੇ, ਤੁਹਾਡੇ ਇੰਟਰਨਲ ਔਰਗਨਸ ਅੰਦਰੂਨੀ ਅੰਗ ਉਹ ਸਹੀ ਨੇ। ਕੁਛ ਪਰਸੈਂਟ ਜਿਹੜੇ 2-4% ਹੁੰਦੇ ਨੇ ਉਹਨਾਂ ਦੇ ਇਹ ਹੈਗਾ ਵੀ ਜਾਂ ਤਾਂ ਹਾਰਮੋਨਸ ਨਹੀਂ ਬਣ ਰਹੇ, ਹਾਰਮੋਨਸ ਬਣਨੇ ਘੱਟ ਗਏ ਕੁਦਰਤੀ ਕਿਸੇ ਹੋਰ ਬਿਮਾਰੀ ਕਾਰਨ, ਤਾਂ ਇਹ ਇੱਕ ਸਰੀਰਕ ਰੂਪ ਦੇ ਵਿੱਚ ਬਿਮਾਰੀ ਪੈਦਾ ਹੁੰਦੀ ਹੈਗੀ, ਜਾਂ ਕੋਈ ਅੰਗਾਂ ਦੇ ਵਿੱਚ ਨੁਕਸ ਹੈਗਾ, ਹੈ ਨਾ। ਤਾਂ ਉਹਦੇ ਵਾਸਤੇ ਸਹੀ ਜਿਹੜੇ ਡਾਕਟਰ ਬਣਦੇ ਨੇ, ਯੂਰੋਲੋਜਿਸਟ, ਸੈਕਸਾਲੋਜਿਸਟ, ਨਿਊਰੋਲੋਜਿਸਟ, ਐਂਡੋਕਰੋਨੋਲੋਜਿਸਟ, ਇਹ ਡਾਕਟਰ ਬਣਦੇ ਨੇ ਕਿ ਜੇ ਸਰੀਰਕ ਬਿਮਾਰੀ ਹੋਵੇ ਵੀ, ਕਿਉਂਕਿ ਜੇ ਹਾਰਮੋਨਸ ਘੱਟਦੇ ਹੈਗੇ ਜਾਂ ਕੋਈ ਉਸ ਤਰ੍ਹਾਂ ਦਾ ਹੈਗਾ ਤਾਂ ਉਹ ਐਂਡੋਕਰੋਨੋਲੋਜਿਸਟ ਠੀਕ ਕਰੇਗਾ ਜਾਂ ਨਿਊਰੋਲੋਜਿਸਟ ਠੀਕ ਕਰੇਗਾ। ਜੇ ਕੋਈ ਸਰੀਰਕ ਇੰਟਰਨਲ ਔਰਗਨਸ ਦੇ ਵਿੱਚ ਕੋਈ ਇੱਦਾਂ ਦੀ ਗੜਬੜ ਹੈਗੀ, ਕਈ ਵਾਰੀ ਓਪਰੇਸ਼ਨ ਤੱਕ ਕਰਾਉਣੇ ਪੈ ਜਾਂਦੇ ਨੇ, ਪਰ ਇਹ ਬਹੁਤ ਰੇਅਰ ਟੂ ਰੇਅਰ ਹੈ, ਬਹੁਤ ਰੇਅਰ ਟੂ ਰੇਅਰ, ਮਤਲਬ ਕਾਮਨ ਨਹੀਂ ਹੈਗਾ, ਆਪਾਂ ਕਹਿ ਲਓ 2-4% ਇਹ ਦੁਵੱਧ ਨਹੀਂ ਹੈਗਾ। ਇਸ ਲਈ ਅਗਰ ਹੋਵੇ ਇਹ ਤਾਂ ਇਹਨੂੰ ਠੀਕ ਡਾਕਟਰੀ ਦੇਖ ਰੇਖ ਦੇ ਨਾਲ ਠੀਕ ਕੀਤਾ ਜਾ ਸਕਦਾ। 90% ਤੀਜਾ ਮੈਂ ਜਿਹੜਾ ਤੁਹਾਨੂੰ ਦੱਸਿਆ ਹੈਗਾ ਉਹ ਮਾਨਸਿਕ ਹੈਗਾ, ਮਤਲਬ ਸਾਡੀਆਂ ਸੋਚਾਂ, ਸਾਡੇ ਵਿਗਾੜ, ਸਾਡੀਆਂ ਸੁਣੀਆਂ ਸੁਣਾਈਆਂ ਗੱਲਾਂ, ਇੱਧਰ ਉੱਧਰ ਦੀ ਗਲਤ ਜਾਣਕਾਰੀ ਜਿਹੜੀ ਸਾਡੀ ਜਾਣਕਾਰੀ ਨੂੰ ਉਲਝਾ ਦਿੰਦੀ ਹੈ ਅਤੇ ਭਰਮ ਭੁਲੇਖੇ ਖੜ੍ਹੇ ਕਰ ਦਿੰਦੀ ਹੈ ਅਤੇ ਬੰਦਾ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦਾ ਅਤੇ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ। ਤਾਂ ਡਾਕਟਰ ਸਾਹਿਬ ਇੱਕ ਸਾਡਾ ਇਹ ਸਵਾਲ ਹੈਗਾ ਵੀ ਜਦੋਂ ਜਿਵੇਂ ਹੁਣ ਤੁਸੀਂ ਦੱਸਿਆ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਸਾਰੀ ਲੈ ਕੇ, ਫਿਰ ਕੀ ਇਹੋ ਜਿਹਾ ਕੀਤਾ ਜਾਵੇ ਕਿ ਜਿਹੜੀ ਨੌਜਵਾਨ ਪੀੜ੍ਹੀ ਜਿੱਦਾਂ ਤੁਹਾਡਾ ਇਹ ਵੀ ਸਹੀ ਜਾਣਕਾਰੀ ਨਹੀਂ ਉਹਨਾਂ ਤੱਕ, ਇਸ ਕਰਕੇ ਉਹ ਗਲਤ ਰਸਤੇ ਪੈ ਜਾਂਦੇ ਆ, ਔਰ ਜਿਹੜੇ ਉਹ ਲੋਕ ਨੇ ਜਿਹੜੇ ਇਹ ਇਸ ਚੀਜ਼ ਦਾ ਦਾਅਵੇ ਕਰਦੇ ਨੇ ਵੀ ਤੁਹਾਡੇ ਚਾਹ ਕਮਜ਼ੋਰੀ ਹੈਗੀ ਅੱਛੀ ਹੈਗੀ ਆ, ਫਿਰ ਉਸ ਜਿਹੜੀ ਨੌਜਵਾਨ ਪੀੜ੍ਹੀ ਨੂੰ ਜਾਂ ਉਹਨਾਂ ਲੋਕਾਂ ਨੂੰ ਇਸ ਦੀ ਸਹੀ ਜਾਣਕਾਰੀ ਕਿਵੇਂ ਅਤੇ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ? ਨੰਬਰ 1 ਤਾਂ ਜਿਹੜਾ ਇਹਨਾਂ ਨੂੰ ਅਸੀਂ ਗੁਪਤ ਰੋਗ ਕਹਿੰਦੇ ਹਾਂ ਨਾ, ਇਹਨਾਂ ਨੂੰ ਗੁਪਤ ਸ਼ਬਦ ਕੱਟ ਦੇਣਾ ਚਾਹੀਦਾ, ਇੱਕ ਬਿਮਾਰੀ ਹੈ, ਹੈ ਨਾ। ਅਤੇ ਸਭ ਤੋਂ ਵੱਡੀ ਗੱਲ ਹੈਗੀ ਕਿ ਇੱਕ ਜਿਹੜਾ ਮਾਂ ਪਿਓ ਹੈਗਾ ਉਹ ਆਪਣੇ ਬੱਚੇ ਦਾ ਦੋਸਤ ਬਣੇ ਤਾਂ ਆਪਣੇ ਬੱਚੇ ਨੂੰ ਇਹਨਾਂ ਚੀਜ਼ਾਂ ਬਾਰੇ ਸਮਝਾਵੇ। ਅਸੀਂ ਮਾਂ ਪਿਓ ਦੇ ਨਾਲ ਗੱਲ ਸਾਂਝੀ ਨਹੀਂ ਕਰਨੀ ਚਾਹੁੰਦੇ, ਅਤੇ ਜੇ ਕੋਈ ਬੱਚਾ ਮਾਨਸਿਕ, ਜੇ ਕੋਈ ਬੱਚਾ ਇਸ ਬਿਮਾਰੀ ਤੋਂ ਪੀੜਿਤ ਉਹ ਆਪਣੇ ਮਾਤਾ ਪਿਤਾ ਦੇ ਨਾਲ ਡਿਸਕਸ ਵੀ ਕਰਦਾ ਅਤੇ ਮਾਤਾ ਪਿਤਾ ਅਵੋਇਡ ਕਰਦਾ ਜਾਂ ਉਹਨੂੰ ਡਾਂਟਦਾ ਕਿ ਤੂੰ ਆ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਗਿਆ, ਇਹ ਉਹ ਅਹਿਮ ਮੰਨਿਆ ਜਾਂਦਾ ਕਿ ਬੱਚਾ ਵਿਗੜ ਗਿਆ, ਬੱਚਾ ਗਲਤ ਗੱਲਾਂ ਕਰਦਾ, ਜਦਕਿ ਠੀਕ ਇਹ ਹੈਗਾ ਕਿ ਉਸਨੂੰ ਠੀਕ ਜਾਣਕਾਰੀ ਦਿੱਤੀ ਜਾਵੇ। ਜੇ ਪੇਰੈਂਟਸ ਨਹੀਂ ਜਾਣਕਾਰੀ ਦੇਣਗੇ ਤਾਂ ਹੋਰ ਕੌਣ ਦੇਗਾ? ਦੂਸਰਾ ਹੈਗਾ ਸਕੂਲਾਂ ਦੇ ਵਿੱਚ ਠੀਕ ਜਾਣਕਾਰੀ ਦਿੱਤੀ ਜਾਵੇ। ਤੀਸਰਾ ਹੈਗਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਸੋਸ਼ਲ ਮੀਡੀਆ ਦੇ ਵਿੱਚ ਜਿੰਨੀਆਂ ਗਲਤ ਚੀਜ਼ਾਂ ਨੇ ਉਦੋਂ ਵੱਧ ਜਿੰਨੀਆਂ ਠੀਕ ਚੀਜ਼ਾਂ ਨੇ ਉਦੋਂ ਵੱਧ ਗਲਤ ਚੀਜ਼ਾਂ ਵੀ ਨੇ। ਸੋਸ਼ਲ ਮੀਡੀਆ 'ਤੇ ਵੀ ਉਹੀ ਹਾਲ ਹੈਗਾ, ਉਹ ਜਿਹੜਾ ਪਬਲਿਸਿਟੀ ਕਰਨ ਵਾਲੇ ਅਤੇ ਸੋ ਕਾਲਡ ਡਾਕਟਰ ਉਹਨਾਂ ਨੇ ਉਹਦੇ 'ਤੇ ਉਹ ਜਾਣਕਾਰੀ ਵੱਧ ਪਾਉਂਦੇ ਨੇ, ਠੀਕ ਵਾਲੇ ਘੱਟ ਪਾਉਂਦੇ ਨੇ। ਤਾਂ ਜੇ ਠੀਕ ਐਜੂਕੇਸ਼ਨ ਹੀ ਇਸ ਤੋਂ ਬਚਾ ਸਕਦੀ ਹੈ ਬੱਚੇ ਨੂੰ, ਜੇ ਉਹਨੇ, ਕਿਉਂਕਿ ਸਾਰੀ ਜ਼ਿੰਦਗੀ ਆਦਮੀ ਨੇ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਹੈਗਾ, ਵਿਆਹ ਕਰਵਾਉਣਾ ਹੈਗਾ, ਬੱਚੇ ਪੈਦਾ ਕਰਨੇ ਹੈਗੇ, ਤਾਂ ਉਹਨੂੰ ਠੀਕ ਜਾਣਕਾਰੀ ਦੀ ਲੋੜ ਹੈਗੀ, ਅਤੇ ਉਹ ਠੀਕ ਜਾਣਕਾਰੀ ਘਰ ਤੋਂ ਹੀ ਸ਼ੁਰੂ ਹੋ ਸਕਦੀ ਹੈਗੀ। ਇੱਥੋਂ ਤੱਕ ਕਿ ਜੇ ਬੱਚਾ, ਛੋਟਾ ਜਿਹਾ ਬੱਚਾ ਮੇਰੇ ਕੋਲ ਕੇਸ ਆਇਆ ਤਾਂ ਮਾਂ ਬੜੀ ਚਿੰਤਤ
छोटा जिहा बच्चा है 3-4 साल का कि डॉक्टर साहब इन्हू एक गलत आदत पैगी। मैं कि हुआ 3-4 साल का बच्चा छोटा जहा, वो कहते नहीं जी अपने सारे गुप्त सारा दिन ना अपने गुप्त अंग छेड़ी जाता है। मैं क्या फिर की होगा, नहीं डॉक्टर साहब ये गलत गल हैगी है ना, मतलब वो एड्डी कु चिंतित। हुण मैं क्या भी उन्हें दसना बनता है भी ये कोई गलती नहीं हैगी, माँ को दसना बनता है कि ये कोई गलती नहीं हैगी। इस तरह जे बच्चा कोई गलती कर लैंदा हैगा, छोटी मोटी गलती कर लैंदा हैगा, कोई मतलब नौजवान उम्र दे विच जां प्री एडल्टहुड दे विच जे कोई इदां दी गलती पकड़ी गई तां सारे टब्बर दा ध्यान इस गल ते हुंदा है कि भी इस नूं इन्हां कम्मां तों बचाया जावे। मैं जे तुहानूं इक एग्जाम्पल देवां तां इक बच्चे इक यंग लड़के नूं मेरे कोल लैके आए कि भी डॉक्टर साहब असीं इहदा विआह करना हैगा, इह पढ़ लिख के वधिया नौकरी ते लग गया ते हुण असीं इहदा विआह करना हैगा, ते विआह दी गल ही नहीं करदा। ईवन इतों तक कि वह रिश्ते मोड़ दिता है, रिश्ते वालों कह दिता भी मैं नहीं विह करवा, तो डॉक्टर साहब इन हो की गया। फिर उन्होंने आप ही दिमाग गया भी कितने यह जी कोई गड़बड़ ना हो भी ये कोई घाट हो कुछ होर हो, तो वह मेरे को लैके आए। मैं देखा वो पहला डॉक्टर को लैके गए, टैसट टुस्ट भी हुए हुए थे, तो टैसट सारे सही सब कुछ सही। तो हूँ कितना कित यह जो पड़ताल की गई बचपन के स्कूल के पढ़द्या उन्हें कित गुआढ़ियों की लड़की नूं कोई कुछ कहता माड़ा मोटा, तो वह गुआढ़ी नैचुरली लांबा लैके आए भी थोड़ी लड़की ने सानू थोड़े लड़के ने साड़ी लड़की नूं ये कहा है। मतलब घर दे कहिंदे सीगे भी साडा तां जी मरन हो गया, साडे तां जी कोई 7 पीढ़ियां दे विच इह जी गल नहीं हुई, जिहड़ा साडा तां इस लड़के ने साडा तां बहुत ज़्यादा नुकसान करता। फिर यह भी बच्चा हैगा इहनूं समझाओ, तो उन्होंने समझाउणा उही ढंग दे नाल कि सारा यह समझाया भी बच्चे बहुत गलत चीज़ां हुंदियां, तू इन चीज़ों पैना ही नहीं, इन चीज़ों तो दूर रहना, तू अज तो बाद किसी लड़की सौहां खवाइया कि अज तो बाद तू किसी लड़की वाल वेखेगा भी नहीं। तो फिर उन्होंने सोचा भी इनू बचाने वास्ते इन्हों जिन्ना हो सकता वो तो वह धार्मिक बनाओ, तो उन्होंने रोज़ पूजा पाठ रोज़ उन्होंने यही सीख्या कि भी दुनिया के सब तो गलत गल आह हैगी, इस गल च नहीं पैना। तो वह बच्चा कितने मगर लग गया पेरेंट्स से, वह धार्मिक हो गया, वो इन गलों तो वाकई दूर चला गया, उन्हें वाकई दिमाग दियाँ अंदरलियाँ तहां से गल वसा ली कि भी ये बहुत गलत हुंदा हैगा, बहुत गलत काम हैगा। उस तो बाद वो पढ़िया, स्कूल भी गया, कॉलेज भी गया, यूनिवर्सिटी भी गया, पर उन्हें कदे लड़की वाल अख चक के नहीं, मतलब उन्हें मारता अपने आप को अंदरों इस इच्छा को। तो हुण पढ़ लिख के अफसर भी बन गया, हुण पेरेंट्स की इच्छा हैगी भी हुण इहदा विआह करिए, तो हुण इह गृहस्थी जिंदगी जीवे, गृहस्थी जिंदगी तो उहदी बचपन च ही मारती, तो हुण उह गृहस्थी जिंदगी कित्थों जीवे, उहदे च इच्छा ही नहीं। उह कहिंदा मैं अज तक किसी लड़की नाल कोई गल ही नहीं की, कॉलेजां यूनिवर्सिटियां च भी गया, उत्थे मैं इहो जिहा कुछ कीता ही नहीं, तो हुण उह विआह करवाउण लई भी तैयार नहीं। हुण पेरेंट्स चिंतित ने भी इह तां सुसाइड करन तक जांदा हैगा, उह कहिंदा जी मेरा मैं तां कदे इहो जिहा कुछ कर ही नहीं सकदा, उह धार्मिक ही इन्ना बन गया, इस तरह के ख्याल बना लए उहने कि भी इह बहुत गलत गल। सो कहिण दा मतलब इह दुनियादारी है, इह जरूरी पक्ष है जिंदगी दा, इस नूं असीं दबीए ना, जे गलत राह ते जा रहा तो उसनों असीं रोकीए समाज के नॉर्म्स मुताबक कानून मुताबक, वो भी ठीक हैगा, पर यह तो नहीं हैगा भी असीं इसनों गलत साबित कर दीए जां गुप्त साबित कर दीए, तो इस करके नौजवान पीढ़ी का नुकसान करे। मतलब ये भी चीज़ इसनों दबा के रखा गया, इस करके मतलब जो लोगों नॉलेज नहीं दिती गई। तो एक जो हम जिम्मे बहुत सारे बड़े बड़े दावे किए जाते हैं ये बारे दो गल्ल, एक सानूं लास्ट मेरा सवाल हैगा, एक तो उन्होंने लोगों वालों बड़े दावे किए जाते हैं भी शर्ती जो इलाज की ना देते बड़िया बड़िया दवाइया दिखाई जाएँ ने, देसी कोई भस्म आ जी चांदी भस्म सोना भस्म तो होर बड़ा कुछ तो लिखा होंगे गलिया। एक ये जी नौजवानों के हैगी है भी कई बार जो मतलब कोई मैरिज होगी जो कि सिस्टम है यार कोई ड्रग्स वगैरह लैने जी फीम खा लो जी ये कर लो वो कर लो, ये कितों कितक सही है जी? ये होर भी गलत हैगा, मतलब एक तो यह कि नौजवान पीढ़ी के पहला ध्यान नशे वाले जाता है भी 2 पैग शराब दे लगा लो या फिर थोड़ी जी फीम खा लो है ना, ये बेहद गलत हैगा, वो कोई टैंपरेरी राहत थोड़ा मिल सकती हैगी, पर उदू वड्डी बीमारी वह हैगी। इनू जिनी सही गल यह हैगी भी इनूं जिन्ना नैचुरल रख्या जाए कुदरती रख्या जाए, क्योंकि सैक्स कोई एक चीज़ दिन की चीज़ नहीं हैगी, सारी उम्र तुसीं रिलेशनशिप नूं मानना हैगा ते इनूं कुदरती रहन दिता जाए। नंबर 2 जिहड़ियां ओह दवाइयां हैगियां सोना भसम ते फलाना ते ये वो ते पता नहीं की देसी जड़ियां बूटियां दे नाम ते बहुत कुछ, वो सारा कुछ गलत हैगा।
मैं सीधी जी गल करना हुंदा कि जे कोई डॉक्टर थोड़े नाल ठगी मारदा हैगा, कई बार डॉक्टर लालची हुंदे ने, सैक्स की गल नहीं करता दूसरा कोई डॉक्टर, तां असीं 100 थां ते जाके दसदे आ कि डॉक्टर ने मैनू लुट लिया, डॉक्टर ने मेरे एवं फालतू टैसट कराते दूजियां बीमारियां दे विच। पर जे असीं सैक्स दे डॉक्टर कोले जाने आ ते उत्थे ओह डॉक्टर साडे तों 10-20 हज़ार रुपया लुट लैंदा, ला लैंदा, ओह इसे चीज़ का फायदा उठाउंदे ने, तां उहनां ने इस ठगी बारे घरे जाके भी नहीं दसना, पैसे भी कितों चोरियों कढ के लाउंदे ने। एक सैक्स स्पैशलिस्ट की मैं गल दसदा, वह कहिंदा डॉक्टर साहब तुसीं कोई ठगी मारोगे, तुसीं किसी मरीज़ नूं लुटोगे तां मरीज़ थोड़ी थां थां ते बेइज्जती करूगा। असीं कहिंदा जिन्ना मर्जी लुट लईए, घरे जाके भी नहीं दसदा बंदा, गुआंढियां कोले जाके भी नहीं दसदा, क्योंकि गुप्त रखना हैगा। हर नवें व्याहे कपल का एक बजट हुंदा हैगा कि भी यार कोई गल नहीं, 10-20 हज़ार रुपया लग जाए लग जाए, तां आपां कितें फेल ना हो जाइए। तो इस मानसिक डर का फायदा उठा के उन्होंने एवें सोने रंगियां ते चांदी रंगियां गोलियां वो दे के, तो वो जिन्ने क पैसे उन्होंने तो लाने होंगे वो ला लेने होंगे। इस वास्ते ये दवाइयां है गलत हैगियां। तो कुछ इस तरह दियां दवाइयां भी हैगियां जिहड़ियां मार्केट दे विच जिहड़ियां सैक्स स्टिमुलेंट हुंदियां हैगियां, ब्लड सर्कुलेशन नूं तेज़ कर दिंदियां हैगियां, इदां दियां आम दुकानां तों दवाइयां मिलदियां, वो भी खतरनाक हुंदियां, ईवन हार्ट अटैक तक हो सकदा उहनां दे नाल, कि जिहड़ियां व्यागरा ट्यागरा इस तरह दियां दवाइयां मिलदियां हैगियां, कि जिहड़ी नौजवान पीढ़ी सोचदी हैगी कि ये दवाई खा के असीं, तां वो दवाइयां बेहद खतरनाक हैगियां, नहीं लैणियां चाहीदियां। जे कदी इदां दी दवाई दी लोड़ भी पवे तां वो किसे एक्सपर्ट दी निगाह दे विच ही लैणी चाहीदी। दोस्तों ये डॉक्टर राजकुमार जी बंसल, जिन्होंने बड़े विस्तार पूर्वक इस मर्दाना कमजोरी बारे और उदे पिछे कारण जो कम कर रहे हैं उन्हां बारे बड़े विस्तार पूर्वक सानूं दस्या कि असल दे विच ये गलत जानकारी, ये कोई रोग नहीं है, कोई बीमारी नहीं है, ये गलत जानकारी, गलत गाइडलाइन ते कुछ उन्हां लोकां दा जिहड़े लोग इस दे एंटी प्रचार करदे ने उदे विचों निकले हुए नतीजे ने, गलतियां दे विचों निकले हुए नतीजे ने, असल दे विच कोई ये रोग नहीं है। और ये जिहड़ा हैगी है जिहड़ा चीज़ जुड़ी हुई है ये मानसिक तौर से जुड़ी हुई है, शरीरक तौर से नहीं है। जिवें डॉक्टर साहब ने दस्या कि शरीरक तौर से 1% हो सकता वो भी कोई किसी नशे का शिकार है या किसी होर बीमारी का शिकार है वह कारण हो सकता, अदरवाइज सैक्स जो है ये मर्दाना कमजोरी वाला जो है असल दे विच रोग नहीं है, एक मानसिक एक जानकारी की घाट करके ही सारा कुछ वापर रहा है। सो इस चीज़ के लिए सानू वध तो वध जिहड़ी जानकारी नॉलेज लेने की जरूरत है, सानू इहो जिहे डॉक्टरां नाल या उन्होंने सलाह मशवरा करने की जरूरत है। सो बहुत बहुत धन्यवाद डॉक्टर साहब। थैंक यू जी, मेहरबानी जी, थैंक यू। 5 लाख रुपए का नगद इनाम तर्कशील सुसायटी पंजाब रजिस्टर्ड वालों गैबी शक्तियां के दावेदारों खुला चैलेंज कि वो सुसायटी दियां 23 शर्तों विचों कोई एक पूरी करके 5 लाख रुपए का इनाम जित सकता है, जिमें कि सीलबंद करंसी नोट का लड़ी नंबर दस सके, करंसी नोट की हूबहू नकल पैदा कर सके, गुआची चीज़ लभ सके, अपनी योगिक शक्ति नाल हवा विच उड़ सके, पानी उपर तुर सके, अद्धे मिनट लई बिना जले अग उत्ते खड़ सके, 30 मिनट लई साह किरिया रोक सके, टूणे मंत्र राही सुसायटी मैंबर का निश्चित समय विच निश्चित नुकसान कर सके, जन्म कुंडली जां हथ दियां रेखावां दे चित्तर वेख के मरे अते ज्यौंदियां दी वख-वख गिणती